ਅਜੀਤ ਵੈਬ ਟੀ ਵੀ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਭਰ ਅੰਦਰ ਜਾਰੀ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨ ਅੰਦੋਲਨਾਂ ਦੇ ਚੱਲਦਿਆਂ ਜਿੱਥੇ ਇਸ ਅੰਦੋਲਨ ਨੂੰ ਹਰ ਵਰਗ ਸਮਰਥਨ ਕਰ ਰਿਹਾ ਹੈ, ਉੱਥੇ ਹੁਣ ਵਿਦਿਆਰਥੀ ਵੀ ਇਸ ਲਈ ਅੱਗੇ ਆਉਣ ਲੱਗੇ ਹਨ। ਇਸੇ ਤਰ੍ਹਾਂ ਅੱਜ ਰੋਇਲ ਗਰੁੱਪ ਆਫ ਕਾਲਜਸ ਬੋੜਾਵਾਲ ਦੇ ਵਿਦਿਆਰਥੀਆਂ ਵੱਲੋਂ ਇਸ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਇੱਕ ਵਿਸ਼ਾਲ ਰੋਸ ਰੈਲੀ ਕੱਢੀ ਗਈ ਹੈ, ਜਿਸਦਾ ਕਿ ਬੁਲਾਡਾ ਪੁੱਜਣ 'ਤੇ ਅਸੀਂ ਇਹਨਾਂ ਦੇ ਇੰਚਾਰਜ ਪ੍ਰੋਫੈਸਰ ਹਰਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਇਹਨਾਂ ਦਾ ਅਗਲਾ ਪ੍ਰੋਗਰਾਮ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਵਿੰਦਰ ਸਿੰਘ, ਰੋਇਲ ਕਾਲਜ ਬੋੜਾ ਵਾਲਾ, ਫਿਜੀਕਲ ਐਜੂਕੇਸ਼ਨ ਸਿਵਲ ਵਾਰ ਹਾਂ, ਐਜ ਏ ਲੈਕਚਰਾਰ। ਅੱਜ ਅਸੀਂ ਜੋ ਕਾਲੇ ਕਾਨੂੰਨ ਸਰਕਾਰ ਨੇ ਪਾਸ ਕੀਤੇ ਨੇ ਤਿੰਨ, ਕਿਸਾਨਾਂ ਦੇ ਹੱਕ ਵਿਰੋਧ ਦੇ ਵਿੱਚ, ਉਹਦੇ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਰੈਲੀ ਕਰ ਰਹੇ ਹਾਂ ਰੋਇਲ ਕਾਲਜ ਬੋੜਾ ਵੱਲੋਂ। ਇਹ ਰੈਲੀ ਅਸੀਂ ਬੁਲਾਡਾ ਤੋਂ ਲੈ ਕੇ ਬੋੜਾ ਤੋਂ ਲੈ ਕੇ ਗੁਰਨੇ, ਬੁਲਾਡਾ, ਚੱਕ ਭਾਈ ਕੇ, ਛੋਟੇ ਵੀਰੋਂ ਕੇ, ਵੱਡੇ ਵੀਰੋਂ ਕੇ, ਧਲੇਵਾ ਅਤੇ ਭੀਖੀ ਤੋਂ ਹੁੰਦੇ ਹੋਏ ਦੁਬਾਰਾ ਬੋੜਾਵਾਲ ਕਾਲਜ ਜਾਵਾਂਗੇ। ਇਸ ਰੈਲੀ ਦੇ ਵਿੱਚ ਅਸੀਂ ਜ਼ੋਰਦਾਰ ਸ਼ਬਦਾਂ ਦੇ ਵਿੱਚ ਅਤੇ ਸਾਰੇ ਸਟੂਡੈਂਟਾਂ ਵੱਲੋਂ, ਮੈਨੇਜਮੈਂਟ ਕਮੇਟੀ ਵੱਲੋਂ ਅਤੇ ਸਮੂਹ ਸਟਾਫ ਵੱਲੋਂ ਪੂਰਾ ਨਿਖੇਧ ਕਰਦੇ ਹਾਂ ਤਿੰਨੇ ਬਿੱਲਾਂ ਦੀ। ਜੇਕਰ ਇਹ ਬਿੱਲ ਆਉਂਦੇ ਨੇ ਤਾਂ ਸਾਨੂੰ ਲੱਗਦਾ ਹੈ ਵੀ ਉਹ ਸਾਡਾ ਜਿਹੜਾ ਭੋਜਨ ਹੈ ਉਹਨੂੰ ਵੀ ਖੋ ਕੇ ਜਿਹੜੇ ਕੋਆਪਰੇਟ ਘਰਾਣੇ ਨੇ ਉਹਨਾਂ ਨੂੰ ਦੇ ਦੇਣਗੇ, ਅਤੇ ਸਾਨੂੰ ਉਮੀਦ ਹੈ ਜੋ ਅਸੀਂ ਸੌਖੀ ਰੋਟੀ ਖਾ ਰਹੇ ਹਾਂ ਉਹ ਸਾਨੂੰ ਬਹੁਤ ਔਖੀ ਖਾਣੀ ਪਵੇਗੀ ਆਉਣ ਵਾਲੇ ਸਮੇਂ ਦੇ ਵਿੱਚ। ਅਤੇ ਇਹ ਗੱਲ ਲੁਕੀ ਨਹੀਂ ਕਿ ਅੱਜ ਕੱਲ੍ਹ ਜੋ ਸੈਂਟਰ ਸਰਕਾਰ ਕਰ ਰਹੀ ਹੈ ਉਹ ਸਿਰਫ ਕੋਆਪਰੇਟ ਘਰਾਣਿਆਂ ਦੇ ਲਈ ਕਰ ਰਹੀ ਹੈ, ਜਾਂ ਅਸੀਂ ਇਹ ਕਹਿ ਲਈਏ ਵਪਾਰੀ ਵਰਗ ਲਈ ਕਰ ਰਹੀ ਹੈ ਜਿਹਦੇ ਵਿੱਚ ਕਿਸਾਨ ਮਜ਼ਦੂਰ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ। ਇਸ ਕਰਕੇ ਬੱਚਾ ਇਸ ਇਹਨਾਂ ਦੇ ਕਾਲੇ ਕੰਮ ਤੋਂ ਜਾਣੂ ਹੈ ਅਤੇ ਬੱਚਾ ਇਸ ਦੇ ਵਿਰੋਧ 'ਚ ਆਵਾਜ਼ ਉਠਾ ਰਿਹਾ ਹੈ। ਥੈਂਕ ਯੂ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਕੌਰ, ਰੋਇਲ ਗਰੁੱਪ ਆਫ ਕਾਲਜ ਬੋੜਾਵਾਲ ਤੋਂ ਬੀ ਏ ਕਲਾਸ ਦੀ ਵਿਦਿਆਰਥਣ ਹਾਂ। ਅਤੇ ਮੈਂ ਦੱਸਣਾ ਚਾਹੁੰਦੀ ਹਾਂ ਵੀ ਸਾਰੇ ਕਿਸਾਨ ਵੀਰਾਂ ਨੂੰ ਆਪਣਾ ਹੱਕ ਲਈ ਸਾਰਿਆਂ ਨੂੰ ਇੱਕਜੁੱਟ ਹੋ ਕੇ ਰਹਿਣਾ ਪਊਗਾ। ਅਤੇ ਇਸ ਦੇ ਹਿਸਾਬ ਨਾਲ ਵੀ ਅਸੀਂ ਸਾਰੇ ਵੀ ਇਕੱਠੇ ਵਿਦਿਆਰਥੀ ਇਕੱਠੇ ਹੋ ਕੇ ਅਸੀਂ ਇਸ ਹੱਕ ਨੂੰ, ਆਪਣੇ ਹੱਕ ਨੂੰ ਪਾਉਣ ਦੇ ਲਈ ਅਸੀਂ ਇਕੱਠੇ ਹੋਏ ਹਾਂ। ਤਾਂ ਸਰਕਾਰ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਸਾਡੇ ਹੱਕ ਸਾਨੂੰ ਦੇਣੇ ਚਾਹੀਦੇ ਨੇ। ਸਰਕਾਰ ਬਹੁਤ ਬੁਰਾ ਕਰ ਰਹੀ ਆ, ਜਿਸ ਹਿਸਾਬ ਨਾਲ ਸਰਕਾਰ ਸਾਡੇ ਨਾਲ ਕਰ ਰਹੀ ਆ ਉਸ ਹਿਸਾਬ ਨਾਲ ਅਸੀਂ ਰੋਟੀ ਔਖੀ ਬਹੁਤ ਖਾਵਾਂਗੇ। ਤਾਂ ਸਰਕਾਰ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਤਾਂ ਸਾਰੇ ਕਿਸਾਨਾਂ ਨੂੰ ਅੱਗੇ ਹੋ ਕੇ ਚੱਲਣਾ ਪਊਗਾ, ਅਤੇ ਜੋ ਕਿ ਅਸੀਂ ਆਪਣੇ ਹੱਕ ਆਪ ਲੈ ਸਕੀਏ। ਜਿਹੜੇ ਸਰਕਾਰ ਨੇ ਕਾਲੇ ਕਾਨੂੰਨ ਦੇ ਹੱਕ ਸਾਨੂੰ ਦੇ ਰਹੇ ਨੇ ਉਹ ਗਲਤ ਹਨ, ਅਤੇ ਸਾਨੂੰ ਸਹੀ ਕਾਨੂੰਨ। ਰੋਇਲ ਕਾਲਜ ਦੇ ਵਿਦਿਆਰਥੀ ਜੋ ਕਿ ਕਹਿ ਰਹੇ ਨੇ ਕਿ ਜੋ ਕਿੰਨਾ ਕਾਨੂੰਨ ਬਣਾਏ ਨੇ ਕਿਸਾਨਾਂ ਦੇ ਸੰਬੰਧੀ ਉਹ ਬਹੁਤ ਹੀ ਗਲਤ ਨੇ, ਜਿਨ੍ਹਾਂ ਨੂੰ ਸਰਕਾਰ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਕੈਮਰਾਮੈਨ ਇੰਦਰਜੀਤ ਸਿੰਘ ਸੋਨੀ ਦੇ ਨਾਲ ਮੈਂ ਸਵਰਨ ਸਿੰਘ ਰਾਹੀ ਬੁਢਲਾਡਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀ ਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀ ਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।